आचरका के जतवाली के समीप बने नशा छुड़ाओ केंद्र में मंगलवार को यहां पर दवा लेने के लिए आए लोगों की भारी भीड़ देखने को मिली। सूचना मिलने पर जब हमारी टीम मौके पर पहुंची तो वहां पर मौजूद स्टाफ के लोगों ने पत्रकारों की एंट्री बंद होने की बात कहकर नशा छुड़ाओ केंद्र का दरवाजा बंद कर दिया। इस दौरान वहां पर दवा लेने के लिए आए कुछ लोगों ने नशा छुड़ाओ केंद्र से बाहर आकर अपनी व्यथा बताते हुए कहा कि वह लोग बड़ी दूर से आए हैं और सुबह से ही यहां पर दवा लेने के लिए भारी भीड़ के बीच खड़े हैं। उन्होंने संबंधित स्टाफ पर कई तरह के गंभीर आरोप भी लगाए। ਮੇਰੇ ਲਈ 8 ਵਜੇ ਐਂ ਕਰੇ ਜੀ ਐਂਟਰੀ ਕਰਾਓ ਜੀ ਐਂ ਕਰੋ ਜੀ ਉਹ ਕਰੋ ਜੀ ਉਧਰ ਤੱਕਦੇ ਨੇ ਤੱਕ ਦਿੰਦੇ ਨੇ ਉਧਰ ਤੱਕਦੇ ਨੇ ਤੱਕ ਦਿੰਦੇ ਨੇ 40 ਕਿਲੋਮੀਟਰ ਤੋਂ ਆਇਆ ਕੋਈ ਨਾ ਇੱਥੇ ਪਾਣੀ ਨਾ ਤਾਣੀ ਜੀ ਪਿੰਡ ਜੋਟਿਆਂ ਵਾਲੀ ਦਾਬੀ ਜੋ ਦਾਬਾ ਦੇ ਇੱਕ ਦਿਨ ਦੀ ਦਿੰਦੇ ਨੇ ਰੋਜ਼ ਉੱਥੋਂ ਲੈਣ ਜਾਣਾ ਪੈਂਦਾ ਜੀ ਅਤੇ ਹਫ਼ਤੇ ਦੀ ਦਿੰਦੇ ਆ ਵੀ ਇੱਥੇ ਆ ਸਾਲ ਵਾਲੀ ਟਾਈਮ ਕਿੰਨਾ ਹੋ ਗਿਆ ਸਵੇਰੇ 8 ਵਜੇ ਦੇਖ ਕੇ ਆਏ ਲੈਣ ਜਾਣਾ ਹੋਰ ਇਹੋ ਹੀ ਆ ਜੀ ਇੱਕ ਤਾਂ ਦਵਾਈ ਦੇਣ ਲੱਗੇ ਬੜੀ ਪਰੇਸ਼ਾਨੀ ਆ ਸਵੇਰ ਤੋਂ ਖਰਾਬ ਕੀਤੀ ਬੜੀ ਥੱਕੀ ਜਾਂਦੇ ਜੀ ਇੱਧਰ ਮੈਂ ਥੱਕੀ ਜਾਂਦੇ ਆ ਹੋਰ ਕੀ ਜੀ ਅਸੀਂ ਆਨੇ ਜਾਂਦੇ ਵੀ ਸਾਨੂੰ ਦਵਾਈ ਸਹੀ ਟਾਈਮ ਤੇ ਜੀ ਦਿੱਤੀ ਜਾਵੇ ਬੇਸ਼ੱਕ ਦੀ ਸਾਨੂੰ ਕਦਿਆਂ ਦੇ ਇੱਕ ਦੇਵਾਂਗੇ ਕਦੇ ਉੱਥੇ ਸਾਈਨ ਕਰਾ ਕੇ ਲਿਆਓ ਇੱਧਰ ਐਂਟਰੀ ਕਰਾ ਕੇ ਲਿਆਓ ਇੱਧਰ ਕਰਾ ਕੇ ਲਿਆਓ ਜਾਏ ਆ ਰਹੀ ਦੀ ਦਵਾਈ ਪਹਿਲਾਂ ਤਿੰਨ ਤਿੰਨ ਹੈਗੀਆਂ ਸੀ ਜਿਨ੍ਹਾਂ ਦੀ ਉਹਨਾਂ ਦੀ ਇੱਕ ਹੋਰ ਘਟਾ ਦਿੱਤੀ ਦੋ ਦੋ ਕਰਤੀਆਂ ਹੁਣ ਕਹਿੰਦੇ ਨਾ ਪਾਣੀ ਪੂਣੀ ਦਾ ਪ੍ਰਬੰਧ ਨਹੀਂ ਇੱਥੇ ਹੈਗਾ ਅਤੇ ਉਲਟਾ ਦਾਬਾ ਮਾਰਦੇ ਆ ਜਿਹੜਾ ਆਉਂਦਾ ਜਿਹੜਾ ਲੰਘਣ ਦੇ ਨਾਲ ਕਰਦੇ ਆਪਦੀ ਮਰਜ਼ੀ ਕਰਦੇ ਆ ਇਸ ਤਰ੍ਹਾਂ ਸਮੱਸਿਆ ਸਾਨੂੰ ਹੈਗੀ ਹੈ ਮਰਜ਼ੀ ਕੌਣ ਕਰਦੇ ਨੇ ਜਿਹੜੇ ਦਵਾਈ ਦਿੰਦੇ ਆ ਕਿਹੜੇ ਸਟਾਫ ਵਾਲੇ ਹਾਂਜੀ ਦਵਾਈ ਨਹੀਂ ਸਾਨੂੰ ਮਿਲੀ ਵੈਸੇ ਹੀ ਕਦੀ ਮਰਜ਼ੀ ਕਰੇ ਦਵਾਈ ਕਹਿੰਦੇ ਨਹੀਂ ਟੱਕਰਨੀ ਕੱਲ੍ਹ ਨੂੰ ਟੱਕਰੇਗੀ ਇਸ ਤਰ੍ਹਾਂ ਕਹਿ ਦਿੰਦੇ ਆ ਹੈਗਾ 200 ਬੰਦਾ ਹੋਣਾ ਪਾਣੀ ਪੂਣੀ ਦਾ ਕੋਈ ਪ੍ਰਬੰਧ ਨਹੀਂ ਇੱਥੇ ਹੈਗਾ ਬੰਦੇ ਤਰੀਸੇ ਡਿੱਗੀ ਜਾਂਦੇ ਇੱਥੇ ਅਤੇ ਦਵਾਈ ਕਟਾਈ ਜਾਂਦੇ ਆ ਜਿੰਨਾ ਉਹ ਬੰਦਾ ਟੋਟ ਉਹਨਾਂ ਨੂੰ ਫੁੱਲ ਆਉਂਦੀ ਜਿੰਨਾ ਦਵਾਈ ਪੂਰੀ ਲੱਗੀ ਹੋਈ ਆ ਉਹਨਾਂ ਪੂਰੀ ਦਵਾਈ ਮਿਲਣੀ ਚਾਹੀਦੀ ਹੈ ਕਟਾਉਣੀ ਨਹੀਂ ਚਾਹੀਦੀ।